ਸੈਯਦਾਂ ਨੇ ਫਰਮਾਇਆ ਮੇਰੇ ਆਕਾ ਮੁਹੰਮਦ, ਮੇਰੇ ਮੌਲਾ ਮੁਹੰਮਦ, ਮੈਂ ਵੀ ਬੜੀ ਖੁਸ਼ ਹਾਂ, ਪਰ ਮੈਂ ਸੋਚ ਇਹ ਰਹੀ ਹਾਂ ਜਦੋਂ ਦਾ ਬੇਟਾ ਮੇਰੀ ਗੋਦ ਵਿੱਚ ਨਾਜ਼ਰ ਹੋਇਆ, ਨਾ ਰੋਇਆ, ਨਾ ਅੱਖਾਂ ਖੋਲੀਆਂ ਨੇ, ਨਾ ਮੇਰੇ ਕੋਲ ਕੁਝ ਮੰਗਿਆ। ਪਾਕ ਮੁਹੰਮਦ ਮੁਸਤਫਾ ਫਰਮਾਉਂਦੇ ਨੇ, ਅੰਮਾ ਜੀ ਇਹ ਮੇਰੀ ਜਾਨ ਹੈ, ਮੈਨੂੰ ਦੇ ਦਿਓ, ਇਹ ਮੇਰਾ ਹੈ, ਅਨਫੋਸਨ ਅਨਫੋਸਨ। ਨਬੀ ਪਾਕ ਦੇ ਹੱਥਾਂ ਦੇ ਮੌਲਾ ਹੈ ਅਤੇ ਸਾਹਮਣੇ ਚਿਹਰਾ ਮੁਸਤਫਾ ਹੋਇਆ ਅਤੇ ਮੌਲਾ ਨੇ ਅੱਖਾਂ ਖੋਲ੍ਹੀਆਂ ਅਤੇ ਨਬੀ ਅਲੈਹਿ ਸਲਾਤੁ ਵਸਲਾਮ ਨੇ ਕੀ ਫਰਮਾਇਆ, ਅੱਲਾਹ ਫਰਮਾਉਂਦੇ ਨੇ ਮੈਂ ਤੇ ਹਾਂ ਰੋਫ ਤੇ ਰਹੀ, ਲੇਕਿਨ ਮੈਨੇ ਜੋ ਤੁਮ ਮੇ ਰਸੂਲ ਭੇਜਾ ਵੋ ਰੋਫ ਵੀ ਹੈ ਵੋ ਰਹੀਮ ਵੀ ਹੈ। ਹੁਣ ਦੋ ਰੋਫ ਹੋ ਗਏ ਤੇ ਦੋ ਰਹੀਮ ਹੋ ਗਏ, ਅਤੇ ਜੇ ਪਾ ਲਈਏ ਲਹਮਕ ਅਲਹਮੀ, ਜੇ ਮਿਲਾ ਲਈਏ ਲਹਮਕ ਅਲਹਮੀ, ਅਤੇ ਫਿਰ ਚੌਕਾ ਖਾਤਾ ਖੁੱਲ੍ਹ ਜਾਣਾ। ਜੇ ਮਿਲਾ ਲਈਏ ਪਿੱਜ਼ਾ ਤੋਂ ਮਿਲਣੀ, ਜਾਂ ਮਿਲਾ ਲਈਏ ਅਲ ਹੁਸੈਨ ਨੂੰ ਮਿਲਣੀ, ਅਤੇ ਫਿਰ ਚੌਕੇ ਰੋਫ ਤੇ ਰੇਮ ਨਿਕਲ ਆਉਂਦੇ ਨੇ। ਸਾਡੇ
ਬਹਾਦਰੀ ਨੇ ਗੌਰ ਕੀਤਾ ਨਾ ਨਬੀ ਕਰੀਮ ਵੱਲ, ਬਸ ਮੇਰਾ ਵੇਖ ਕੇ ਫਿਕਰ ਸੁਣੋ, ਉਸ ਬਹਾਦਰੀ ਨੇ ਗੌਰ ਕੀਤਾ। ਉਸ ਬਹਾਦਰੀ ਦਾ ਨਾਂ ਸੀ ਆਕਿਬ ਹੋ ਯਾਈ, ਆਕਿਬ ਹੋ ਯਾਈ। ਇੱਕ ਹੋ ਯਾਈ ਖਾਨਦਾਨ ਦੀ ਮਾਈ ਪਾਕ, ਉਹ ਮੁਹੰਮਦ ਮੁਸਤਫਾ ਦੀ ਜ਼ੌਜਾ ਵੀ ਸਨ। ਉਹ ਜਿਹੜਾ ਸੀ ਨਾ ਆਕਬ ਪਾਦਰੀ ਹੋ ਯਾਈ, ਉਹਨੇ ਵੇਖਿਆ ਨਬੀ ਕਰੀਮ ਵੱਲੋਂ ਅਤੇ ਆਪਣੀ ਕੌਮ ਨੂੰ ਆਉਂਦਾ ਇਹ ਆ ਗਏ ਨੇ ਸਾਰੇ ਸੱਚੇ, ਇਹਨਾਂ ਕੋਲੋਂ ਮਾਫ਼ੀ ਨਾ ਮੰਗ ਲਈਏ। ਸਾਰੇ ਆਉਂਦੇ ਨੇ ਮੁਅੱਲਮ ਜੀ ਤੁਹਾਨੂੰ ਕੀ ਹੋ ਗਿਆ ਕਿ ਤੁਸੀਂ ਤਾਂ ਕਹਿੰਦੇ ਸੋ ਮੈਂ ਉਹਨਾਂ ਨਾਲ ਮੁਬਾਹਲਾ ਕਰਾਂਗਾ, ਸਵਾਲੋ ਜਵਾਬ ਕਰਾਂਗਾ, ਅਤੇ ਇਹਨਾਂ ਨੂੰ ਵਹਿੰਦੀ ਠੰਡੇ ਹੋ ਗਏ। ਤੋ ਪਾਦਰੀ ਆਉਂਦਾ ਅਗਰ ਤੁਸੀਂ ਮੇਰੀਆਂ ਅੱਖਾਂ ਨਾਲ ਵੇਖੋ ਨਾ ਤਾਂ ਮੈਂ ਤਾਂ ਨਿਰਾ ਠੰਡਾ ਹੋਇਆ ਅਤੇ ਤੁਸੀਂ ਬਿਲਕੁਲ ਹੀ ਬਰਫ਼ ਹੋ ਜਾਓ। ਉਹ ਆਉਂਦਾ ਗੌਰ ਤਾਂ ਕਰੋ, ਸਹੀ ਹੈ ਉਹ ਪਾਦਰੀ ਆਪਣੀ ਕੌਮ ਨੂੰ ਸਮਝਾ ਰਿਹਾ ਅਤੇ ਨਾਲੇ ਕਹਿ ਰਿਹਾ ਉੱਧਰ ਗੌਰ ਕਰ। ਸਖੀ ਹੈ ਬਾਦਿਸ ਜੀ, ਬੜੇ ਕਾਬਲੇ ਗੌਰ ਫਿਕਰ ਕਰ ਰਹੇ ਹਾਂ। ਉਹ ਪਾਦਰੀ ਕਹਿੰਦਾ ਵੇਖੋ ਮੁਹੰਮਦ ਮੁਸਤਫਾ, ਮੁਹੰਮਦ ਮੁਸਤਫਾ ਇਹ ਜਿਹੜੇ ਆ ਰਹੇ ਨੇ ਨਾ ਇਹ ਸ਼ੁਰੂ ਤੋਂ ਹੀ ਸਖੀ ਨੇ। ਤੂੰ ਸਾਰੇ ਆਉਂਦੇ ਨੇ ਤੁਹਾਨੂੰ ਕੀ ਹੋ ਗਿਆ ਕਿ ਤੁਸੀਂ ਕਿਵੇਂ ਜਾਣਦੇ ਹੋ ਸ਼ੁਰੂ ਤੋਂ ਉਸ ਅੱਗੇ ਜੋ ਮੈਂ ਪੜ੍ਹਿਆ ਉਹ ਤੁਹਾਨੂੰ ਸੁਣਾ ਰਿਹਾ। ਉਸ ਅੱਗੇ ਅੰਜੀਲ ਦਾ ਮੈਂ ਹਾਫਿਜ਼, ਤੌਰਾਤ ਦਾ, ਜ਼ਬੂਰ ਦਾ, ਉਸ ਅੱਗੇ ਜੋ ਮੈਂ ਪੜ੍ਹਿਆ ਨਾ ਉਹ ਮੈਂ ਅੱਜ ਵੇਖ ਲਿਆ, ਜੋ ਮੈਂ ਪੜ੍ਹਿਆ ਉਹ ਅੱਜ ਵੇਖ ਲਿਆ ਸਾਹਮਣੇ। ਅਤੇ ਉਹਨੇ ਆਖਿਆ ਜੀ ਕਿ ਤੁਸੀਂ ਕਿਵੇਂ ਜਾਣਦੇ ਸ਼ੁਰੂ ਤੋਂ ਸਖੀ ਨੇ। ਅਤੇ ਪਾਦਰੀ ਕਹਿੰਦਾ ਇਹਨਾਂ ਦੀ ਜੱਦੇ ਅਮਜਦ ਹਜ਼ਰਤ ਹਾਸ਼ਮ, ਉਹਨਾਂ ਨੇ, ਉਹਨਾਂ ਦਾ ਨਾਮ ਹਾਸ਼ਮ ਨਹੀਂ ਸੀ, ਉਹਨਾਂ ਦਾ ਨਾਮ ਸੀ ਹਜ਼ਰਤ ਅਮਰੂ। ਨਾਮ ਹਾਸ਼ਮ ਕਿਉਂ ਪੈ ਗਿਆ?
ਕਿ ਮਸਕੀਨਾਂ ਗਰੀਬਾਂ ਨੂੰ ਸ਼ੋਰਾਂ ਅਤੇ ਰੋਟੀਆਂ ਖਵਾਉਂਦੇ ਨੇ ਅਤੇ ਨਿਰਾ ਸ਼ੋਰਾ ਨਹੀਂ ਮੱਛਲੀ ਦਾ ਸ਼ੋਰਾ ਉੱਥੋਂ ਨਾਮ ਪੈ ਗਿਆ ਹਾਸ਼ਿਮ ਤੂੰ ਸਕਿਆ ਜਿਹੜੇ ਇਹਨਾਂ ਦੇ ਦਾਦਾ ਜੀ ਅਬਦੁਲ ਮੁਤਲਬ ਉਹਨਾਂ ਨੇ ਇੱਕ ਟਾਈਮ ਵਿੱਚ ਖਾਨੇ ਕਾਬੇ ਦੇ ਸਾਹਮਣੇ ਸੌ ਊਂਠ ਜ਼ਿਬਾ ਕਰਕੇ ਮਸਕੀਨਾਂ ਗਰੀਬਾਂ ਨੂੰ ਨਬੀ ਪਾਕ ਦੇ ਵਾਲਦ ਦਾ ਸਦਕਾ ਖਵਾਇਆ ਨਬੀ ਪਾਕ ਦੇ ਵਾਲਦ ਦਾ ਸਦਕਾ ਸਰਕਾਰ ਅਬਦੁੱਲਾ ਦਾ ਅਤੇ ਇੱਕ ਵਾਰੀ ਨਹੀਂ ਖਵਾਇਆ ਕਈ ਵਾਰੀ ਖਵਾਇਆ ਹੁਣ ਜ਼ਰਾ ਊਠ ਵੱਲ ਗੌਰ ਕਰੋ ਹਾਂ ਊਠ ਦੇ ਪੈਰ ਦਾ ਸ਼ੋਰਾ ਨਹੀਂ ਮੁੱਕਦਾ ਅਤੇ ਜਿੱਥੇ ਪੂਰਾ ਊਠ ਹੋਵੇ ਜਾਂ ਸੌ ਊਠ ਹੋਵੇ ਅਤੇ ਉਹਦੇ ਵਾਸਤੇ ਆਟਾ ਕਿੰਨਾ ਕੁ ਦਰਕਾਰ ਹੈ ਅਤੇ ਉਸ ਆਖਿਆ ਜਿਹੜੀ ਹਸਤੀ ਆ ਰਹੀ ਹੈ ਨਾ ਇਹਦਾ ਸਦਕਾ ਪੂਰੀ ਕਾਇਨਾਤ ਖਾ ਰਹੀ ਹੈ ਨਾ ਮੁੱਕਿਆ ਅਤੇ ਨਾ ਮੁੱਕਣਾ ਅਤੇ ਉਹ ਪਾਦਰੀ ਜਾਂਦਾ ਹਾਸ਼ਿਮ ਸਾਲ ਹੈ ਅਲਗ ਜਹਾਨ ਸੇ ਹੈ ਪਾਛ ਕੀ ਪਰ